चोणा हुण भी आ रही हैं, फिर पार्टियां लड़ रही हैं, बंदे भी लड़नगे, उहदे च कोई हल नहीं निकलदा। अज एक नवी जूझ दा पंजाब जथेबंदी होंद च आई आ, ਉਹ ਪਤੰਦਰ ਪਤਾ ਨਹੀਂ ਕਿਹਦੇ ਨਾਲ ਜੂਝੀ ਜਾਂਦੇ ਆ। ਉਹ ਕਹਿੰਦੇ ਆ ਵੀ ਅਸੀਂ ਇੱਕ ਪ੍ਰੈਸ਼ਰ ਗਰੁੱਪ ਬਣਾਵਾਂਗੇ ਵੀ ਜਿਹੜਾ ਏਜੰਡੇ ਦੱਸਿਆ ਕਰੂਗਾ ਪੋਲੀਟੀਕਲ ਪਾਰਟੀਜ਼ ਨੂੰ। ਇਹਨਾਂ ਨੂੰ ਇਹ ਪੁੱਛੋ ਵੀ ਤੁਸੀਂ ਇਹ ਦੱਸੋ ਵੀ ਪੋਲੀਟੀਕਲ ਪਾਰਟੀਜ਼ ਨੂੰ ਪਤਾ ਨਹੀਂ ਏਜੰਡੇ ਕੀ ਆ, ਉਹਨਾਂ ਨੂੰ ਸਭ ਪਤਾ ਏਜੰਡੇ ਕੀ ਆ, ਪਰ ਪੋਲੀਟੀਕਲ ਪਾਰਟੀਜ਼ ਜਿਹੜੇ ਸਟਰਕਚਰ ਚ ਫੰਕਸ਼ਨ ਕਰਦੀਆਂ ਨਾ, ਉਹ ਸਟੇਟ ਦਾ ਸਟਰਕਚਰ ਆ ਤੇ ਸਟੇਟ ਦੇ ਸਟਰਕਚਰ ਦੇ ਵਿੱਚ ਸਟੇਟ ਜਿਵੇਂ ਉਹਨਾਂ ਨੂੰ ਚਾਹੁੰਦਾ ਉਹ ਚੱਲਣ ਉਵੇਂ ਹੀ ਚੱਲਣਾ ਪੈਂਦਾ, ਅਦਰਵਾਈਜ਼ ਉਹ ਚੱਲ ਨਹੀਂ ਸਕਦੇ। ਸੋ ਤੁਹਾਡੇ ਏਜੰਡੇ ਤੈਅ ਕੀਤੇ ਹੋਏ ਕੋਈ ਫਰਕ ਨਹੀਂ ਪਾ ਸਕਦੇ, ਕਿਉਂਕਿ ਤੁਸੀਂ ਪਹਿਲਾਂ ਤਾਂ ਇਹ ਕਹਿ ਰਹੇ ਹੋ ਵੀ ਅਸੀਂ ਪੋਲੀਟੀਕਲ ਪਾਰਟੀਜ਼ ਨੂੰ ਏਜੰਡੇ ਦੇਵਾਂਗੇ ਤੇ ਉਹ ਇਸ ਏਜੰਡੇ ਨਾਲ ਜੇ ਸਹਿਮਤ ਨਹੀਂ ਹੋਣਗੇ ਤੇ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ। ਫਿਰ ਤੁਸੀਂ ਇਹ ਦੇਖੋ ਵੀ ਜਿਹੜਾ ਪੋਲੀਟੀਕਲ ਸਟਰਕਚਰ ਆ ਉਹ ਮੈਜੋਰਿਟੇਰੀਅਨ ਸਟਰਕਚਰ ਆ, ਇੱਥੇ ਮੈਜੋਰਿਟੀ ਡਿਸਾਈਡ ਕਰਦੀ ਆ ਵੀ ਕਿਸ ਤਰ੍ਹਾਂ ਦੀ ਪਾਲਿਸੀ ਹੋਵੇ, ਕਿਸ ਤਰ੍ਹਾਂ ਦੇ ਏਜੰਡੇ ਹੋਣ। ਜੇ ਤੁਸੀਂ ਮੈਜੋਰਿਟੀ ਦਾ ਪਾਰਟ ਹੀ ਨਹੀਂ, ਫਿਰ ਤੁਸੀਂ ਕਿਵੇਂ ਏਜੰਡੇ ਤੈਅ ਕਰ ਲਓਗੇ ਤੇ ਕਿਵੇਂ ਪਾਲਿਸੀਜ਼ ਬਣਾ ਲਓਗੇ? ਸੋ ਮੈਜੋਰਿਟੇਰੀਅਨ ਸਟਰਕਚਰ ਦੇ ਵਿੱਚ ਤੁਸੀਂ ਜਿੰਨੇ ਮਰਜ਼ੀ ਪ੍ਰੈਸ਼ਰ ਗਰੁੱਪ ਬਣਾਈ ਜਾਓ, ਇਹਦਾ ਤੁਸੀਂ ਆਪਦਾ ਕਥਾਰਸਿਸ ਕਰਨ ਵਾਲੀ ਗੱਲ ਹੋ ਗਈ ਵੀ ਸਾਡੇ ਅੰਦਰ ਮਾੜੇ ਮੋਟੇ ਕੀੜੇ ਆ, ਅਸੀਂ ਆਪਦਾ ਰਾਂਝਾ ਜਾਂ ਰਾਜੀ ਕਰ ਲਈਏ, ਆ ਗੱਲਾਂ ਬਾਤਾਂ ਹੀ ਆ ਕਹਿ ਕੇ ਇਸ਼ੂਜ਼ ਚੱਕ ਲਈਏ, ਕਿਤੇ ਪਾਣੀ ਦੇ ਮਸਲੇ ਨੂੰ ਲੱਗ ਜਾਂਦੇ ਆ ਵੀ ਪਾਣੀ ਦਾ ਮਸਲਾ ਤੁਸੀਂ ਕਿਵੇਂ ਹੱਲ ਕਰ ਦੋਗੇ ਜਦੋਂ ਇਸ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੇ ਤੁਹਾਡੇ ਵਿਰੁੱਧ ਫੈਸਲਾ ਦਿੱਤਾ ਹੋਇਆ ਸੁਪਰੀਮ ਕੋਰਟ ਨੇ। ਬੋਲੀ ਤੇ ਲੱਗ ਜਾਂਦੇ ਆ ਕਦੇ ਵੀ ਮਾਂ ਬੋਲੀ ਦਾ ਬਹੁਤ ਨੁਕਸਾਨ ਹੋ ਰਿਹਾ, ਲੋਕਾਂ ਦੀ ਗਲਤੀ ਆ, ਲੋਕ ਚਾਹੁੰਦੇ ਆ ਵੀ ਮਾਂ ਬੋਲੀ ਖਤਮ ਹੋਵੇ, ਕਿ ਪੰਜਾਬੀ ਚਾਹੁੰਦੇ ਆ ਮਾਂ ਬੋਲੀ ਖਤਮ ਹੋਵੇ, ਕਿ ਸਾਡਾ ਸੱਭਿਆਚਾਰ ਖਤਮ ਹੋਵੇ, ਲੋਕਾਂ ਨਹੀਂ ਚਾਹੁੰਦੇ। ਇਹ ਸਟੇਟ ਦੀ ਪਾਲਿਸੀਜ਼ ਚੱਲਦੀਆਂ, ਨੇਸ਼ਨ ਪਾਲਿਸੀਜ਼ ਚੱਲਦੀਆਂ, ਨਸ਼ਾ ਵੀ ਸਾਡੇ ਇੱਥੇ ਨੇਸ਼ਨ ਪਾਲਿਸੀ ਦੇ ਅੰਡਰ ਹੀ ਚੱਲ ਰਿਹਾ। ਸੋ ਇਸ ਕਰਕੇ ਤੁਸੀਂ ਆਪਦੇ ਰੋਲ ਸਪਸ਼ਟ ਕਰੋ, ਜੇ ਤੁਸੀਂ ਵਾਕਈ ਪੰਜਾਬ ਦਾ ਦਰਦ ਰੱਖਦੇ ਹੋ ਤੇ ਪੰਜਾਬ ਖਾਤਰ ਲੜਨਾ ਚਾਹੁੰਦੇ ਹੋ, ਫਿਰ ਤੁਸੀਂ ਸਾਡੀ ਜਿਹੜੀ ਗੁਲਾਮੀ ਨੂੰ ਨਾ, ਸਾਨੂੰ ਜਿਸ ਤਰ੍ਹਾਂ ਸਟੇਟ ਯੂਜ਼ ਕਰਦੀ ਹੈ ਪੰਜਾਬ ਨੂੰ, ਵਰਤਦੀ ਹੈ ਇਹਨੂੰ, ਇੱਕ ਇੱਕ ਕਾਲੋਨੀ ਦੀ ਤਰ੍ਹਾਂ ਸਾਡੇ ਨਾਲ ਟ੍ਰੀਟ ਕਰਦੀ ਹੈ, ਜਿਵੇਂ ਕਾਲੋਨੀਜ਼ ਹੁੰਦੀਆਂ ਹਨਾ, ਵੀ ਬ੍ਰਿਟਿਸ਼ ਦੀ ਇੱਕ ਇੰਡੀਆ ਕਾਲੋਨੀ ਸੀ ਜਾਂ ਇਹ ਖਿੱਤਾ ਇੱਕ ਕਾਲੋਨੀ ਸੀ, ਇੱਥੇ ਰਿਸੋਰਸਿਸ ਦੀ ਲੁੱਟ ਖਸੁੱਟ ਉਹਨਾਂ ਨੇ ਕਰਨੀ ਕਰਨੀ ਸੀ ਜਿਹੜੇ ਸਾਡੇ ਸੋਮੇ ਆ। ਸੋ ਉਸੇ ਤਰ੍ਹਾਂ ਇੰਡੀਅਨ ਸਟੇਟ ਕਰਦੀ ਹੈ, ਸਾਡੇ ਸੋਮਿਆਂ ਦੀ ਲੁੱਟ ਕਰ ਰਹੀ ਹੈ, ਕੋਈ ਫਰਕ ਨਹੀਂ। ਫਿਰ ਤੁਸੀਂ ਨੰਗੇ ਚਿੱਟੇ ਰੂਪ ਚ ਇਹਨਾਂ ਗੱਲਾਂ ਨੂੰ ਐਕਨੋਲੇਜ ਕਰੋ ਵੀ ਅਸੀਂ ਪੰਜਾਬ ਚ ਇੰਡੀਅਨ ਸਟੇਟ ਸਾਡੇ ਨਾਲ ਜੋ ਵਿਹਾਰ ਕਰ ਰਹੀ ਆ ਉਹ ਉਵੇਂ ਹੀ ਕਰ ਰਹੀ ਹੈ ਜਿਵੇਂ ਬ੍ਰਿਟਿਸ਼ ਗਵਰਨਮੈਂਟ ਕਰ ਰਹੀ ਸੀ। ਸੋ ਉਹੀ ਸਟਰਕਚਰ ਆ, ਕੁਛ ਨਹੀਂ ਬਦਲਿਆ। ਹੁਣ ਜੇ ਸਟਰਕਚਰ ਨੂੰ ਭੰਨਣ ਵਾਸਤੇ ਤੁਸੀਂ ਕੁਛ ਪ੍ਰੈਸ਼ਰ ਗਰੁੱਪ ਕ੍ਰੀਏਟ ਕਰ ਰਹੇ ਹੋ ਤਾਂ ਫਿਰ ਇੱਥੇ ਆ ਕੇ ਗੱਲ ਤਾਂ ਸਹੀ ਲੱਗਦੀ ਆ। ਜੇ ਤੁਸੀਂ ਕਹਿ ਰਹੇ ਹੋ ਅਸੀਂ ਏਜੰਡੇ ਤੈਅ ਕਰਾਂਗੇ, ਅਸੀਂ ਪੋਲੀਟੀਕਲ ਪਾਰਟੀਜ਼ ਨੂੰ ਏਜੰਡੇ ਦੇਵਾਂਗੇ, ਫਿਰ ਤਾਂ ਤੁਸੀਂ ਉਸੇ ਗੁਲਾਮ ਮਾਨਸਿਕਤਾ ਨੂੰ ਹੋਰ ਜ਼ਿਆਦਾ ਗਾੜਾ ਤੇ ਗੂੜਾ ਕਰ ਰਹੇ ਹੋ ਜਿਹਨੂੰ ਅਸੀਂ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਫਿਰ ਲੜਾਈ ਤਾਂ ਹੁਣ ਲਕੀਰ ਖਿੱਚ ਕੇ ਲੜਨੀ ਪਊ, ਤੁਸੀਂ ਲਕੀਰ ਦੇ ਇਧਰਲੇ ਪਾਸੇ ਹੋ ਜਿੱਥੇ ਤੁਸੀਂ ਗੁਲਾਮੀ ਨੂੰ ਨੰਗੇ ਚਿੱਟੇ ਰੂਪ ਚ ਪ੍ਰਤੱਖ ਕਰਾ ਰਹੇ ਹੋ ਕਿ ਨਹੀਂ। ਜੇ ਨਹੀਂ ਕਰਾ ਰਹੇ ਤਾਂ ਤੁਸੀਂ ਸਟੇਟ ਵਾਲੇ ਪਾਸੇ ਹੀ ਹੋ, ਦੂਜੇ ਪਾਸੇ ਹੋ। ਅਦਰਵਾਈਜ਼ ਤੁਸੀਂ ਇਹ ਨਾ ਕਹੋ ਵੀ ਅਸੀਂ ਕੋਈ ਗਰੁੱਪ ਬਣਾ ਰਹੇ ਹਾਂ, ਅਸੀਂ ਪੰਜਾਬ ਦੇ ਦਰਦੀ ਹਾਂ, ਪੰਜਾਬ ਸਾਡੇ ਇੱਥੇ ਬੁੱਧੀਜੀਵੀਆਂ ਨੂੰ ਲੈ ਕੇ ਬਹਿ ਗਏ ਹਾਂ। ਠੀਕ ਆ, ਵਿਦ ਡਿਊ ਰਿਸਪੈਕਟ ਟੂ ਆਲ ਆਫ ਦੈਮ, ਪਰ ਉਹ ਮੰਦ ਬੁੱਧੀਆਂ ਦੇ ਬੁੱਧੀਜੀਵੀ ਨਾ ਬਣੋ, ਜਾਗਦੀਆਂ ਜ਼ਮੀਰਾਂ ਵਾਲਿਆਂ ਦੇ ਬੁੱਧੀਜੀਵੀ ਬਣੋ। ਤੁਹਾਨੂੰ ਇਸ ਗੁਲਾਮੀ ਨੂੰ ਸਪਸ਼ਟ ਕਰਨਾ ਪਊਗਾ ਤੇ ਫਿਰ ਲੜਾਈ ਲੜਨੀ ਪਊਗੀ। ਸੋ ਕੱਲੇ ਪ੍ਰੈਸ਼ਰ ਗਰੁੱਪ ਦਾ ਫਾਇਦਾ ਜਾਂ ਸਿਵਲ ਸਟਰਕਚਰ ਦਾ ਫਾਇਦਾ ਉਸ ਜਗ੍ਹਾ ਤੇ ਹੁੰਦਾ ਜਦੋਂ ਤੁਹਾਡੇ ਕੋਲੇ ਆਪਦਾ ਕੋਈ ਸਟਰਕਚਰ ਹੋਵੇ। ਆ ਸਾਡੇ ਕੋਲੇ ਤਾਂ ਆਪਦਾ ਕੋਈ ਸਟਰਕਚਰ ਹੀ ਨਹੀਂ, ਸੋ ਇੱਥੇ ਪ੍ਰੈਸ਼ਰ ਗਰੁੱਪ ਜਾਂ ਕੋਈ ਸਟਰਕਚਰ ਕੀ ਕਰੂਗਾ? ਸੋ ਪ੍ਰੈਸ਼ਰ ਗਰੁੱਪ ਦੇ ਨਾਲ ਨਾਲ ਆਪਦੀ ਪੋਜੀਸ਼ਨ ਕਲੀਅਰ ਕਰੋ, ਆਪਦੇ ਰੋਲ ਕਲੀਅਰ ਕਰੋ ਵੀ ਵਾਕਈ ਪੰਜਾਬ ਇੱਕ ਗੁਲਾਮੀ ਚ ਜੀ ਰਿਹਾ, ਪੋਲੀਟੀਕਲ ਸਟਰਕਚਰ ਦੀ ਗੁਲਾਮੀ ਆ, ਸੋਸ਼ਲ ਸਟਰਕਚਰ ਦੀ ਗੁਲਾਮੀ ਆ। ਸਾਨੂੰ ਸਾਡੇ ਸੱਭਿਆਚਾਰ ਨੂੰ ਖਤਮ ਕਰਨ ਖਾਤਰ ਇੰਡੀਅਨ ਸਟੇਟ ਪਾਲਿਸੀਜ਼ ਘੜਦੀ ਆ, ਸਾਡੀ ਹੋਂਦ ਦੀ ਲੜਾਈ ਆ, ਸਾਡੇ ਵਾਸਤੇ ਐਗਜ਼ਿਸਟੈਂਸ਼ੀਅਲ ਕ੍ਰਾਈਸਿਸ ਆ, ਤੇ ਇਸ 'ਚ ਜੇ ਤੁਸੀਂ ਲਕੀਰ ਖਿੱਚ ਕੇ ਨਹੀਂ ਲੜਦੇ ਤਾਂ ਤੁਸੀਂ ਇਸ ਗੁਲਾਮ ਮਾਨਸਿਕਤਾ ਨੂੰ ਵਧਾ ਰਹੇ ਹੋ, ਇਹਨੂੰ ਬੜਾਵਾ ਜਿਹੜਾ ਕਹਿੰਦੇ ਆ ਵਧਾਵਾ ਦੇ ਰਹੇ ਹੋ, ਹਨਾ। ਸੋ ਇਹਨਾਂ ਗੱਲਾਂ ਨੂੰ ਬੜਾ ਸਾਡੇ ਲਈ ਸਮਝਣਾ ਜ਼ਰੂਰੀ ਆ। ਬਾਕੀ ਗੱਲ ਇਹ ਆ ਵੀ ਅੰਦੋਲਨ ਗੁਰੂ ਸਾਹਿਬ ਨੇ ਫਤਿਹ ਬਖਸ਼ੀ ਆ, ਇਹ ਲੀਡਰਸ਼ਿਪ ਦੀ ਸਮਝ ਨਾਲ ਸ਼ਿੰਗਾਰਿਆ ਜਾ ਸਕਦਾ ਸੀ, ਕੁਛ ਉੱਥੋਂ ਲੈ ਕੇ ਆ ਸਕਦੇ ਸੀ ਜਿਹਦੇ ਨਾਲ ਕਿਸਾਨਾਂ ਦਾ ਵਾਕਈ ਭਲਾ ਹੁੰਦਾ, ਪੰਜਾਬ ਕੋਲੇ ਕਿਸਾਨੀ ਦਾ ਖੇਤੀਬਾੜੀ ਦਾ ਮਾਡਲ ਹੁੰਦਾ, ਸਾਡੇ ਕੋਲੇ
कुछ जिहड़ी फसलां असीं हुण बीज रहे आ इह तों खेड़ा किवें छुट्टे उस गल ते कुछ पॉलिसीज़ घड़दे पर उह गल्लां हजे नहीं होईआं। हो सकदा लीडरशिप इन्हां गल्लां नूं समझे ते इह गल्लां बाद च जिहड़ीआं अकोमोडेट होण। एक गल होर जिहड़ी बड़ी जरूरी आ इहनूं चाहे एडिट कर लियो ते बाद च चला दियो जिहड़े कही जांदे आ ना आ कामरेड वी हुण वध अधिकारां दा मोर्चा लाओ ते हुण तुसीं दिल्ली जाओ हुण तुसीं आपदा जिहड़ा राइट टू सैल्फ डिटरमिनेशन मंगो। इन्हां कामरेडां नूं असीं दस दईए वी असीं मोर्चे वी लावांगे असीं राइट टू सैल्फ डिटरमिनेशन वी मंगांगे जे साडे नाल इंसाफ सानूं नहीं दित्ता ते साडे नाल इस गल ते नहीं खड़े वी जस्टिस साडे नाल होवे ਤਾਂ ਅਸੀਂ ਸਭ ਕੁਛ ਕਰਾਂਗੇ ਪਰ ਤੁਸੀਂ ਤਿਆਰ ਰਹੋ ਸਰਕਾਰ ਦੇ ਹੱਥ ਠੋਕੇ ਬਣਨ ਨੂੰ ਤੇ ਸਰਕਾਰ ਤੋਂ ਹਥਿਆਰ ਮੰਗਣ ਨੂੰ। ਤੁਸੀਂ ਲੱਭੋ ਹੁਣ ਕਿਹੜਾ ਸੁਮੇਧ ਸੈਣੀ ਲੱਭਦੇ ਹੋ ਕਿ KPS ਗਿੱਲ ਲੱਭਦੇ ਹੋ ਸਾਨੂੰ ਕਿਸੇ ਦੀ ਲੋੜ ਨਹੀਂ ਅਸੀਂ ਤਾਂ ਮੋਰਚੇ ਵੀ ਲਾਵਾਂਗੇ ਤੇ ਅਸੀਂ ਗਲਾਂ ਚ ਵੀ ਹੱਥ ਪਾਵਾਂਗੇ। ਤੁਸੀਂ ਸਰਕਾਰ ਤੋਂ ਪ੍ਰੋਟੈਕਸ਼ਨਾਂ ਲਓ ਤੇ ਉਹਨਾਂ ਤੋਂ ਹਥਿਆਰ ਮੰਗੋ ਵੀ ਸਾਨੂੰ ਖਤਰਾ ਤੇ ਸਾਨੂੰ ਹਥਿਆਰ ਦਿਓ ਵੀ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਕਾਮਰੇਡ ਹੋ। ਤੁਸੀਂ ਇੱਕ ਗੱਲ ਦੱਸੋ ਤੁਸੀਂ ਪੰਜਾਬ ਦੇ ਹਰ ਵਕਤ ਉਲਟ ਖੜੇ ਹੋ ਜੇ ਇੱਕ ਪਾਸੇ ਪੰਜਾਬ ਬਚਦਾ ਹੋਵੇ ਨਾ ਤੇ ਨਾਲ ਸਿੱਖੀ ਖਤਮ ਕਰਦੀ ਕਰਨ ਦੀ ਗੱਲ ਹੋਵੇ ਤੁਸੀਂ ਪੰਜਾਬ ਬਚਣ ਨੂੰ ਛੱਡ ਕੇ ਸਿੱਖੀ ਨੂੰ ਖਤਮ ਕਰਨ ਵਾਸਤੇ ਤੁਰੋਂਗੇ। ਤੁਹਾਡੀ ਮਾਨਸਿਕਤਾ ਇਹ ਆ ਤੁਸੀਂ ਲਾ ਲਓ ਹੁਣ ਜਿੰਨਾ ਜ਼ੋਰ ਲੱਗਦਾ ਤੁਹਾਡੀਆਂ ਚੀਕਾਂ ਨਾ ਕਢਾ ਦੀਆਂ ਨਾ ਤਾਂ ਫੇਰ ਦੇਖਿਓ ਤੁਸੀਂ ਇਸ ਪੰਜਾਬ ਚ ਇੱਥੇ ਬਥੇਰੀ ਕਾਮਰੇਡੀ ਕਰ ਲਈ ਇਦੂ ਬਾਅਦ ਨਹੀਂ ਚੱਲਣ ਦਿੰਦੇ। ਸੋ ਮਾਰੋ ਚੀਕਾਂ ਹੁਣ ਜਿੰਨੀਆਂ ਕੁ ਵੱਜਦੀਆਂ ਤੁਹਾਡੇ ਤੋਂ ਇਹ ਜ਼ਰੂਰੀ ਸੀ ਇਹਨਾਂ ਨੂੰ ਕਹਿਣਾ। ਇਸ ਕਰਕੇ ਇਹਨਾਂ ਨੂੰ ਇਹਨਾਂ ਦੀ ਭਾਸ਼ਾ ਹੀ ਸਮਝ ਆਉਂਦੀ ਆ ਹੁਣ ਤੁਹਾਨੂੰ ਇਸੇ ਤਰ੍ਹਾਂ ਵਾਣੀ ਪਾਵਾਂਗੇ ਤੇ ਤੁਸੀਂ ਵੇਖਿਓ ਤੁਹਾਡੇ ਨਾਲ ਹੁੰਦਾ ਕੀ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।